सफाई का काफ़ी बुरा हाल रहा। जिहड़ा बोर्ड का है इस्तेमाल आपके हक नाल वधिया करो, किसी नशे तो रहत हो के करो। नशा पता जिहड़ा हैगा ये कोई एक दिन का दो दिन का हुंदा है, तो जिहड़ा अधिकार आ बोर्ड का तुहाडे 5 साल काम आना। ਵੱਜ ਚੁੱਕਿਆ ਹੈ। ਰਵਾਇਤੀ ਪਾਰਟੀਆਂ ਵੱਲੋਂ ਆਪਣੇ ਆਪਣੇ ਕੈਂਡੀਡੇਟ ਮੈਦਾਨ ਵਿੱਚ ਉਤਾਰ ਦਿੱਤੇ ਗਏ ਹਨ। ਉੱਥੇ ਹੀ ਅਸ਼ੋਕ ਕੁਮਾਰ ਉਰਫ ਅਸ਼ੋਕੀ ਵਾਰਡ ਨੰਬਰ 4 ਆਜ਼ਾਦ ਉਮੀਦਵਾਰ ਚੋਣ ਮੈਦਾਨ ਵਿੱਚ ਉਤਰੇ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅਸ਼ੋਕ ਕੁਮਾਰ ਵੱਲੋਂ ਕਿਹਾ ਗਿਆ ਕਿ ਅਸੀਂ ਜਨਤਾ ਦੀ ਸੇਵਾ ਕਰਦੇ ਹਾਂ ਅਤੇ ਕਰਦੇ ਰਹਾਂਗੇ। ਸਾਡੇ ਵਾਰਡ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਹਨ, ਜਿਵੇਂ ਕਿ ਖਰਾਬ ਲਾਈਟਾਂ, ਪਾਣੀ, ਗੰਦਗੀ, ਸੀਵਰੇਜ ਆਦਿ। ਮੈਂ MC ਇਲੈਕਸ਼ਨ ਜਿੱਤ ਕੇ ਪਹਿਲ ਤੌਰ ਤੇ ਇਹ ਵਿਕਾਸ ਦੇ ਕੰਮ ਪੂਰੇ ਕਰਾਂਗਾ। ਮੇਰੇ ਵੱਲੋਂ ਵਾਰਡ ਦੇ ਸਾਰੇ ਵਿਕਾਸ ਦੇ ਕੰਮ ਅਤੇ ਵਾਰਡ ਦਾ ਸੁਧਾਰ ਠੀਕ ਢੰਗ ਨਾਲ ਕੀਤਾ ਜਾਵੇਗਾ। ਵਾਰਡ ਵਿੱਚ ਇੱਕ ਡਿਸਪੈਂਸਰੀ ਅਤੇ ਪਾਰਕ ਦਾ ਪ੍ਰਬੰਧ ਕੀਤਾ ਜਾਵੇਗਾ। ਉੱਥੇ ਹੀ ਮੀਡੀਆ ਨਾਲ ਗੱਲ ਕਰਦੇ ਹੋਏ ਵਾਰਡ ਦੇ ਲੋਕਾਂ ਵੱਲੋਂ ਕਿਹਾ ਗਿਆ ਕਿ ਅਸ਼ੋਕ ਕੁਮਾਰ ਬਹੁਤ ਇਮਾਨਦਾਰ, ਸੂਝਵਾਨ ਅਤੇ ਸੁਲਝੇ ਹੋਏ ਵਿਅਕਤੀ ਹਨ। ਹਰ ਗਰੀਬ ਅਤੇ ਲੋੜਵੰਦ ਲੋਕਾਂ ਦੀ ਵੱਧ ਚੜ੍ਹ ਕੇ ਮਦਦ ਕਰਦੇ ਹਨ, ਹਰੇਕ ਦੇ ਦੁੱਖ ਸੁੱਖ ਵਿੱਚ ਹਾਜ਼ਰ ਹੁੰਦੇ ਹਨ। ਇਸ ਲਈ ਸਾਡੀ ਵੋਟ ਅਤੇ ਸਪੋਰਟ ਅਸ਼ੋਕ ਕੁਮਾਰ ਨੂੰ ਹੈ। ਅਸ਼ੋਕ ਕੁਮਾਰ ਜੀ MC ਇਲੈਕਸ਼ਨ ਆ ਰਹੇ ਦੇ ਚੱਲ ਰਹੇ ਨੇ, ਉਸ ਮੈਦਾਨ ਦੇ ਉੱਤੇ MC ਇਲੈਕਸ਼ਨ ਤਿਆਰੀ ਕਰ ਰਹੇ, ਕੀ ਕਾਰਨ ਹੈ ਤੁਸੀਂ ਤਿਆਰੀ ਕਰ ਸਕਦੇ? MC ਇਲੈਕਸ਼ਨ ਦੇਖੋ ਜੀ, ਇੱਕ ਇਹ ਸਭ ਤੋਂ ਛੋਟਾ ਪਲੇਟਫਾਰਮ ਜਿਹੜਾ ਹੈਗਾ ਵੀ ਇੱਥੇ ਵਾਰਡ ਦੇ ਜਾਂ ਸਮੱਸਿਆਵਾਂ ਸੰਬੰਧੀ ਅਤੇ ਵਾਰਡ ਦੇ ਵਿਕਾਸ ਸੰਬੰਧੀ ਹੀ ਚੋਣਾਂ ਲੜੀਆਂ ਜਾਂਦੀਆਂ, ਜਿਹਦੇ ਵਿੱਚ ਸਫਾਈ ਦਾ ਮੇਨ ਜਿਹੜਾ ਹੈਗਾ ਕਾਫੀ ਬੁਰਾ ਹਾਲ ਰਹਿੰਦਾ ਸੀਗਾ, ਅਤੇ ਇੱਕ ਜਿਵੇਂ ਕਿ ਬਿਜਲੀ ਦੀਆਂ ਤਾਰਾਂ ਤੂਰਾਂ ਜਿਹੀਆਂ ਲਮਕੀ ਜਾਂਦੀਆਂ ਨੇ ਜਾਂ ਡਿੱਗੀਆਂ ਪਈਆਂ ਆਸੇ ਪਾਸੋਂ, ਇਸ ਤਰ੍ਹਾਂ ਦੇ ਜਿਹੜੇ ਸਾਰੇ ਮਸਲੇ ਹੈਗੇ ਆ ਉਹ ਲੋਕਾਂ ਦੇ ਕਾਫੀ ਲੰਬੇ ਸਮੇਂ ਤੋਂ ਲਟਕਦੇ ਚੱਲੇ ਆ ਰਹੇ ਨੇ, ਜਿਨ੍ਹਾਂ ਦਾ ਮਨੀ ਪ੍ਰੋਪਰ ਨਹੀਂ ਧਿਆਨ ਦਿੱਤਾ ਜਾਂਦਾ। ਅਤੇ ਇਸੇ ਤਰ੍ਹਾਂ ਬਸ ਇੱਕ ਪ੍ਰੋਗਰਾਮ ਲਿਖਿਆ ਗਿਆ ਬਣਾਇਆ ਗਿਆ ਵਾਰਡ ਸਾਰੇ ਵਾਰਡ ਦੇ ਸਹਿਯੋਗ ਦੇ ਨਾਲ, ਜਿਨ੍ਹਾਂ ਨੇ ਮੈਨੂੰ ਮਤਲਬ ਕਿ ਪੂਰਾ ਸਹਿਯੋਗ ਦੇ ਕੇ ਆਪਣੇ ਆਪ ਹੀ ਖੜ੍ਹਾ ਕੀਤਾ। ਤਕਰੀਬਨ 1036 ਦੇ ਕਰੀਬ ਵੋਟਾਂ ਹੈਗੀਆਂ, 1036 ਵੋਟਾਂ ਦਾ ਜਿਹੜਾ ਹੈਗਾ ਪੂਰਾ ਭਰਪੂਰ ਸਮਰਥਨ ਹੈ। ਵੈਸੇ ਤਾਂ ਸਾਡਾ ਸ਼ਹਿਰ ਇੱਕ ਐਜੂਕੇਸ਼ਨ ਦਾ ਅੱਛਾ ਹੱਬ ਹੈਗਾ ਜੀ, ਪਰ ਉਹਦੇ ਵਿੱਚ ਜਿਹੜੀ ਹੈਗੀ ਆ ਧਿਆਨ ਦੇਣ ਯੋਗ ਹੈਗੀਆਂ ਗੱਲਾਂ ਵੀ ਮਤਲਬ ਵੱਡੀਆਂ ਵੱਡੀਆਂ ਫੀਸਾਂ ਅਤੇ ਵੱਡੇ ਵੱਡੇ ਖਰਚਿਆਂ ਤੋਂ ਨਿਜਾਤ ਦਿਵਾਉਣਾ ਹੈ, ਅਤੇ ਪ੍ਰਮੋਟ ਕਰਾਂਗੇ ਵੀ ਜਿਹੜੀ ਸਰਕਾਰੀ ਸ਼ਿਕਸ਼ਾ ਹੈਗੀ ਆ ਵੀ ਉਸਨੂੰ ਵੀ ਅੱਗੇ ਲਿਆਂਦਾ ਜਾਵੇ। ਅਤੇ ਜਿਹੜੀ ਹੈਲਥ ਵਾਲੀ ਗੱਲ ਆ ਉਹਦੇ ਵਿੱਚ ਸਾਡਾ ਜਿਹੜਾ ਭਦੌਰ ਪੂਰਾ ਸ਼ਹਿਰੀ ਕਾਫੀ ਪਛੜਿਆ ਹੋਇਆ, ਨਜਾਇਜ਼ ਪਛੜਿਆ ਹੋਇਆ ਵੀ ਇੱਕ ਕਦੇ ਕਦੇ ਤਾਂ ECG ਕਰਵਾਉਣ ਦੇ ਸੰਬੰਧੀ ਪ੍ਰੋਬਲਮ ਆ ਜਾਂਦੀ, ਬਰਨਾਲੇ ਜਾਣਾ ਪੈਂਦਾ। ਅਤੇ ਇਸ ਤਰ੍ਹਾਂ ਦਾ ਅਸੀਂ ਕੋਈ ਉਪਰਾਲਾ ਵਧੀਆ ਕਰਾਂਗੇ ਵੀ ਸਾਡੇ ਹਸਪਤਾਲ ਦੀ ਬਿਲਡਿੰਗ ਬਹੁਤ ਵਧੀਆ ਅਤੇ ਵੱਡੀ ਬਣੀ ਹੋਈ ਹੈ ਵੀ ਇੱਥੇ ਚੰਗਾ ਸਟਾਫ ਆ ਜਾਵੇ, ਇਹਨਾਂ ਨੂੰ ਅਸੀਂ ਅੱਗੇ ਮਤਲਬ ਕਿ ਜੀ ਮਤਲਬ ਬੇਸਿਕਲੀ ਤਾਂ ਇਹ ਹੋਊਗਾ ਵੀ ਹਰ ਇੱਕ ਵਾਰਡ ਵਾਸੀ ਦੀ ਕਿਸੇ ਵੀ ਕਿਸਮ ਦੀ ਚਾਹੇ ਛੋਟੀ ਜਾਂ ਵੱਡੀ ਕੋਈ ਸਮੱਸਿਆ ਹੈ ਉਹ ਉੱਥੇ ਘਰ ਬੈਠੇ ਹੀ ਖਤਮ ਹੋ ਜਾਵੇ, ਵੀ ਉਹਨੂੰ ਦਰ ਦਰ ਭਟਕਣਾ ਨਾ ਪਵੇ, ਚਾਹੇ ਉਹ ਪੈਨਸ਼ਨਰ ਵਾਲਾ ਹੈ ਜਾਂ ਕੋਈ ਨੀਲੇ ਕਾਰਡ ਵਾਲਾ ਹੈ ਜਾਂ ਕੋਈ ਉਹਦਾ ਹੋਰ ਕਿਸੇ ਵੀ ਕਿਸਮ ਦਾ ਛੋਟਾ ਮੋਟਾ ਕੰਮ ਹੈ ਉਹਦਾ ਆਪਣੇ ਆਪ ਹੀ ਹੋ ਜਾਵੇ। ਬਸ ਜੀ ਇੱਕ ਤਾਂ ਇਹ ਹੈ ਵੀ ਜਿਹੜਾ ਬੋਰਡ ਦਾ ਹੈਗਾ ਇਸਤੇਮਾਲ ਆਪਦੇ ਹੱਕ ਨਾਲ ਤਾਂ ਵਧੀਆ ਕਰੋ, ਕਿਸੇ ਨਸ਼ੇ ਤੋਂ ਰਹਿਤ ਹੋ ਕੇ ਕਰੋ। ਨਸ਼ਾ ਪਤਾ ਜਿਹੜਾ ਹੈਗਾ ਇਹ ਕੋਈ ਇੱਕ ਦਿਨ ਦਾ ਦੋ ਦਿਨ ਦਾ ਹੁੰਦਾ ਹੈ, ਅਤੇ ਜਿਹੜਾ ਅਧਿਕਾਰ ਆ ਬੋਰਡ ਦਾ ਇਹ ਤੁਹਾਡੇ 5 ਸਾਲ ਕੰਮ ਆਉਣਾ। ਬਹੁਤ ਵਧੀਆ ਲੜਕਾ ਇਹ, ਬਹੁਤ ਵਧੀਆ ਸਾਡੇ ਵਾਰਡ 'ਚ ਮੁੰਡਾ, ਇਹ ਹੁਣ ਹਾਰਾ ਅਸੀਂ ਕਹਿੰਦੇ ਵੀ ਜਿੱਤੇ ਅਤੇ ਜਿੱਤੂਗਾ ਵੀ, ਹਾਂ ਅਤੇ ਕੰਮ ਨੂੰ ਵਾਰਡ ਦੇ ਕੰਮ ਨੂੰ ਵੀ ਬਹੁਤ ਹੁਸ਼ਿਆਰ ਹੈ, ਹਰੇਕ ਦੇ ਦੁੱਖ ਸੁੱਖ 'ਤੇ ਹਾਜ਼ਰ ਹੁੰਦਾ ਹੈਗਾ। ਕਿਹੋ ਜਿਹਾ ਪਰਿਵਾਰ ਹੈ, ਕਿਹੋ ਜਿਹਾ ਰਵੱਈਆ? ਕਿਉਂ ਬਹੁਤ ਵਧੀਆ ਪਰਿਵਾਰ ਹੈ ਜੀ, ਸਾਰਿਆਂ ਨਾਲ ਮਿਲ ਵਰਤਣਾ ਜੀ, ਬਹੁਤ ਨੌਜਵਾਨ ਮੁੰਡਾ ਜੀ, ਪੜ੍ਹਿਆ ਲਿਖਿਆ, ਸਾਡੇ ਵਾਰਡ ਨੂੰ ਪੂਰਾ ਪ੍ਰਸ਼ਾਸਨ। ਤੁਹਾਨੂੰ ਲੱਗਦਾ ਕਿ ਤੁਹਾਡੇ ਮਿੱਤਰ ਖਰੇ ਉਤਰਨਗੇ ਜੀ? ਜ਼ਰੂਰ ਉਤਰਨਗੇ ਜੀ, ਜ਼ਰੂਰ ਉਤਾਰਾਂਗੇ ਜੀ। ਹਾਂਜੀ, ਜੋ ਤੁਹਾਡੇ ਵਿਕਾਸ ਦੇ, ਜੋ ਤੁਹਾਡੇ ਵਾਰਡ ਦੇ ਮੁੱਦੇ ਨੇ, ਪਹਿਲ ਦਰ ਤੇ ਕੰਮ ਵਿਕਾਸ ਕਰਾਉਣ ਦੇ ਤੁਹਾਡੇ ਜੋ ਉਮੀਦਾਂ ਨੇ, ਹਾਂਜੀ ਹਾਂਜੀ, ਖਰੇ ਉਤਰਨਗੇ? ਖਰੇ ਉਤਰਨਗੇ ਜੀ, ਪੂਰੀ ਸਾਡਾ ਤਾਂ ਗੁਆਂਢੀ ਹੈ ਜੀ ਵੈਸੇ। ਹਾਂਜੀ ਹਾਂਜੀ, ਕੁਮਾਰ ਜੀ, ਅਸ਼ੋਕ ਕੁਮਾਰ ਜੀ MC ਇਲੈਕਸ਼ਨ ਤਿਆਰੀ ਕਰ ਰਹੇ ਨੇ, ਤੁਹਾਡੀ ਵੀ ਉਮਰਾਂ ਹੋ ਗਈਆਂ, ਕਿਹੋ ਜਿਹਾ ਰਵੱਈਆ, ਕਿਹੋ ਜਿਹਾ ਸੁਭਾਅ ਆ, ਕਿਹੋ ਜਿਹੇ ਤੁਸੀਂ ਵਿਕਾਸ ਦੇ ਜੋ ਮੁੱਦੇ ਨੇ, ਅਤੇ ਉਹਨਾਂ ਤੋਂ ਕੀ ਕਹਿਣਾ ਚਾਹੁੰਦੇ? ਇਹ ਜਿਹੜੇ ਅਸ਼ੋਕ ਕੁਮਾਰ ਜੀ ਹੈ ਜੀ, ਇਹ ਸਾਡੇ ਵਾਰਡ ਲਈ ਬਹੁਤ ਜ਼ਿਆਦਾ
ਪਹਿਲਾਂ ਤੋਂ 25-30 ਸਾਲ ਤੋਂ ਇਹ ਮਿਹਨਤ ਕਰਦੇ ਆ ਰਹੇ ਆ। ਹਾਂ, ਐਕਚੁਲੀ ਅਸੀਂ ਇਹਨਾਂ ਨੂੰ ਅਣਥੱਕ ਹੋਣ ਦੀ ਕਰਕੇ ਇਹਨੂੰ ਅਸੀਂ ਆਪਦੇ ਵਾਰਡ 'ਚੋਂ ਸਾਰਿਆਂ ਨੇ ਰਲ ਕੇ ਖੜਾ ਕੀਤਾ ਜੀ। ਸਰਕਾਰ ਵੱਲੋਂ ਕੋਈ ਵੀ ਇਲੈਕਸ਼ਨ ਹੁੰਦੀ, ਛੋਟੀ ਹੋਵੇ ਜਾਂ ਵੱਡੀ ਹੋਵੇ, ਐੱਮ ਐੱਲ ਏ ਜਾਂ ਐੱਮ ਪੀ ਇਲੈਕਸ਼ਨ ਹੋਵੇ, ਕੋਈ ਵੀ ਇਲੈਕਸ਼ਨ ਹੁੰਦੀ ਹੈ ਐਨੀਵੇ, ਉਹਦੇ ਵੱਲੋਂ ਅਸੀਂ ਇਹੀ ਰੋਲ ਨਿਭਾਇਆ ਜੀ। ਅਸੀਂ ਯੂਥ ਨੇ ਸਾਰਿਆਂ ਨੇ ਮੀਟਿੰਗ ਕਰਕੇ ਵੀ ਅਸੀਂ ਅਸ਼ੋਕ ਕੁਮਾਰ ਜੀ ਵਧੀਆ ਪਰਸਨ ਨੇ, ਬਹੁਤ ਮਿਹਨਤ ਕਰ ਰਹੇ ਆ, ਦੁੱਖ ਸੁੱਖ ਦੇ ਵਿੱਚ ਹਰੇਕ ਦੇ ਹਾਮੀ ਨੇ ਜੀ। 10-12 ਸਾਲ ਤੋਂ ਇਹ ਲੋਕਾਂ ਨਾਲ ਪੂਰੇ ਵਧੀਆ ਵਿਚਰ ਰਹੇ ਆ, ਹਰੇਕ ਦੇ ਕੰਮ ਕਾਰ ਕਰ ਰਹੇ ਨੇ, ਉਸ ਕਰਕੇ ਅਸੀਂ ਇਹਨਾਂ ਨੂੰ ਸਮਰਥਨ ਦਿੱਤਾ ਜੀ। ਆਪਾਂ ਤਾਂ ਇਹ ਗੱਲ ਕਹਿਣਾ ਚਾਹੁੰਦਾ ਜੀ, ਵਧੀਆ ਉਮੀਦਵਾਰ ਆਪਣਾ ਗੁਆਂਢੀ ਦਾ ਮੁੰਡਾ ਜੀ, ਆਪਾਂ ਕਹਿੰਦੇ ਵੱਧ ਤੋਂ ਵੱਧ ਵੋਟਾਂ ਨੂੰ ਕਾਮਯਾਬ ਕਰੋ, ਮੁੰਡਾ ਗੁਆਰ ਦਾ ਮੁੰਡਾ। ਮੇਰਾ ਨਾਮ ਦਰਸ਼ਨ ਹੈ ਜੀ ਜੀ, ਮੈਂ ਕੁਮਾਰ ਜੀ ਇਲੈਕਸ਼ਨ ਲੜ ਰਹੇ ਨੇ, ਐਮ ਸੀ ਇਲੈਕਸ਼ਨ ਲੜ ਰਹੇ ਨੇ। ਹਾਂਜੀ ਹਾਂਜੀ, ਗੁਆਰ ਦੇ ਵਿੱਚ ਲੜ ਰਹੇ ਨੇ, ਕੀ ਕਹੋਗੇ? ਮੈਂ ਇਹੀ ਕਹਿਣਾ ਚਾਹਾਂਗੀ ਕਿ ਸਾਡੀ ਗੁਆਰ ਦੇ ਵਿੱਚ ਬਹੁਤ ਵਧੀਆ ਨਾਈਸ ਬੰਦਾ ਹੈ, ਬੱਚਾ ਸਾਡਾ ਸਾਨੂੰ ਬਹੁਤ ਨਾਈਸ ਆ, ਜੇ ਇਹ ਜਿੱਤੂਗਾ ਸਾਨੂੰ ਬਹੁਤ ਫਾਇਦਾ, ਸਾਡੇ ਵਿਕਾਸ ਦਾ ਫਾਇਦਾ, ਸਾਨੂੰ ਸਾਰੇ ਕਾਸ ਦਾ ਫਾਇਦਾ, ਮਤਲਬ ਵੀ ਇਹਨੂੰ ਮਾਤਾ ਰਾਣੀ ਇਹਨੂੰ ਜਿਤਾਉਣਾ ਚਾਹੀਦਾ, ਅਸੀਂ ਮਿਲ ਕੇ ਨਾਲ ਜਿੱਤਾਂਗੇ। ਬਹੁਤ ਸੋਹਣਾ, ਨਾਈਸ, ਬਹੁਤ ਨਰਮ ਹੈ, ਬਹੁਤ ਜ਼ਿਆਦਾ ਨਰਮ ਹੈ, ਥੋੜ੍ਹਾ ਨਰਮ ਨਹੀਂ, ਜਿੱਥੋਂ ਤੱਕ ਉਹ ਇਹਦੀ ਹੈਗੀ ਆ ਹਸੀਅਤ ਵੀ ਮਤਲਬ ਹੈਗੀ ਆ, ਬਹੁਤ ਜ਼ਿਆਦਾ ਬਣਦੀ ਆ ਲੋਕਾਂ ਨਾਲ, ਬਹੁਤ ਪਿਆਰ ਨਾਲ ਪੇਸ਼ ਆਉਂਦੇ ਹਰ ਇੱਕ ਨਾਲ, ਜਦੋਂ ਵੀ ਜਾਂਦੇ ਆ ਕਿਤੇ ਨਮਸਕਾਰ ਕਰਦੇ, ਸਭ ਨੂੰ ਪਿਆਰ ਨਾਲ ਬੁਲਾਉਂਦੇ ਆ। ਅਸੀਂ ਇਹੀ ਕਹਿਣਾ ਚਾਹਾਂਗੇ, ਅਸੀਂ ਇਹੀ ਮੈਸੇਜ ਦੇਣਾ ਚਾਹਾਂਗੇ ਕਿ ਇਸ ਬੰਦੇ ਨੂੰ ਅਸ਼ੋਕ ਕੁਮਾਰ ਸਿੰਗਲਾ ਨੂੰ ਵੋਟ ਦੇ ਕੇ ਕਾਮਯਾਬ ਕਰਾਓ, ਤੁਹਾ ਇਹਦੀ ਕਾਮਯਾਬੀ ਸਾਡੀ ਸਾਰਿਆਂ ਦੀ ਕਾਮਯਾਬੀ ਹੈ, ਮਾਤਾ ਰਾਣੀ ਇਹਦੇ ਵਾਅਦਾ ਕਰੇ, ਮਾਤਾ ਰਾਣੀ ਕਿਰਪਾ ਜਿੰਦਾਬਾਦ।